ਸਾਡਾ ਪੰਜਾਬੀ ਵਿਰਸੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਆਉਣ ਵਾਲੀਆਂ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਲਈ ਜਿਉਂਦਾ ਰੱਖਣ ਲਈ ਇਹਨਾਂ ਵੀਡੀਓ ਨਾਲ ਇਸ ਚੈਨਲ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਇਸ ਚੈਨਲ ਦੀ ਕਿਸੇ ਵੀ ਵੀਡੀਓ ਉੱਤੇ ਕਿਸੇ ਵੀ ਗਾਇਕ ਗੀਤਕਾਰ ਸੰਗੀਤਕਾਰ ਇਸ ਤਰ੍ਹਾਂ ਦੀ ਕੋਈ ਅਸਹਿਮੀਅਤ ਹੋਵੇ ਤਾਂ ਹੇਠ ਲਿਖੇ ਪਤੇ 'ਤੇ ਸੰਪਰਕ ਕਰ ਸਕਦਾ ਹੈ ਇਸ ਦੇ ਨਾਲ ਗੱਲ ਕਰਦੇ ਹਾਂ ਜਿਵੇਂ ਕਿ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਚਮਕੀਲੇ ਦੀ ਅਮੀਰੀ ਅਤੇ ਫਕੀਰੀ ਤੇ ਅੱਜ ਅਸੀਂ ਗੱਲ ਕਰਦੇ ਹਾਂ ਚਮਕੀਲੇ ਦੀ ਲਵ ਮੈਰਿਜ ਤੇ ਜਿਵੇਂ ਕਿ ਚਮਕੀਲੇ ਦੀਆਂ ਦੋ ਮੈਰਿਜਾਂ ਹੋਈਆਂ ਨੇ ਤੇ ਚਮਕੀਲੇ ਨੂੰ ਦੂਜਾ ਵਿਆਹ ਕਿਉਂ ਕਰਾਉਣਾ ਪਿਆ ਅਮਰਜੋਤ ਪਿਆਰ ਕਰਦੀ ਸੀ ਜਾਂ ਚਮਕੀਲਾ ਅਮਰਜੋਤ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਸਤੋ ਮਿਲਣਗੇ ਤਾਂ ਪੜ੍ਹ ਕੇ ਸੁਣਾ ਰਿਹਾ ਦੋਸਤੋ ਜ਼ਿਲ੍ਹਾ ਜਲੰਧਰ ਦੇ ਪਿੰਡ ਉੱਗੀ ਚਿੱਟੀ ਪ੍ਰੋਗਰਾਮ ਕਰਨ ਬਾਅਦ ਚਮਕੀਲਾ ਅਮਰਜੋਤ ਨੂੰ ਲੈ ਕੇ ਦਿੱਲੀ ਰਿਕਾਰਡਿੰਗ ਕਰਵਾਉਣ ਚਲਾ ਗਿਆ ਸੀ ਤਿਆਰੀ ਉਹਨਾਂ ਨੇ ਪਹਿਲਾਂ ਦੀ ਪੂਰੀ ਤਰ੍ਹਾਂ ਕੀਤੀ ਹੋਈ ਸੀ ਦਿੱਲੀ ਜਦੋਂ ਸਟੂਡੀਓ ਵਿੱਚ ਪਹੁੰਚੇ ਤਾਂ ਅਮਰਜੋਤ ਨੂੰ ਦੇਖ ਕੇ ਜ਼ਹਿਰ ਅਹਿਮਦ ਨੇ ਪਹਿਚਾਣ ਲਿਆ ਸੀ ਯੇ ਲੜਕੀ ਤੋਂ ਕੁਲਦੀਪ ਮਾਨਕ ਕੇ ਸਾਥ ਹਮਾਰੇ ਪਾਸ ਪਹਿਲੇ ਵੀ ਰਿਕਾਰਡਿੰਗ ਕਰਵਾ ਕੇ ਗਈ ਥੀ ਹਾਂਜੀ ਅਮਰਜੋਤ ਨੇ ਜਵਾਬ ਦਿੱਤਾ ਸੀ ਜ਼ਹਿਰ ਅਹਿਮਦ ਚਮਕੀਲੇ ਨੂੰ ਪਰੇ ਲਿਜਾ ਕੇ ਪੁੱਛਣ ਲੱਗਾ ਸੀ ये आपका नया सेट कितने दिन तक रहेगा पहले बताइए फिर हम रिकॉर्डिंग के बारे में सोचेंगे बस जी 15 को दिन तक ये सेट इट वर्गा पक्का हो जाना है फिर थोड़ी ना तोड़िया नहीं टूटना किसे तो चमकीले ने रिकॉर्डिंग करवाउन दे लालच विच बड़क मार दीती सी अच्छी बात है आज आप होटल में जाके रेस्ट करें आपकी रिकॉर्डिंग कल करेंगे ज़हर अहमद ने चमकीले नु ओदन मिठी गोली दे के तोड़ दिता सी होटल विच आके चमकीला काफी देर तक अमरजोत नाल गल्ला मारदा रहा सी खुद थकी हुई होण करके अमरजोत ने चमकीले नु आक के कहा सी अमर हुण तुसी जाके आराम कर लो कल नु अपनी रिकॉर्डिंग है ਪਹਿਲੀ ਵਾਰੀ ਅਮਰਜੋਤ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਚਮਕੀਲੇ ਦੇ ਕੰਨਾਂ ਵਿੱਚ ਸ਼ਹਿਨਾਈਆਂ ਵੱਜਣ ਲੱਗ ਪਈਆਂ ਸਨ ਸਾਰੀ ਰਾਤ ਉਹ ਅਮਰਜੋਤ ਨਾਲ ਪਿਆਰ ਦੀਆਂ ਪਿੰਗਾਂ ਝੁੱਟਣ ਦੇ ਸੁਪਨੇ ਦੇਖਦਾ ਰਿਹਾ ਸੀ ਅਗਲੇ ਦਿਨ ਰਿਕਾਰਡਿੰਗ ਸਮੇਂ ਪੂਰੇ 8 ਗੀਤ ਰਿਕਾਰਡ ਹੋਏ ਸਨ ਜੋ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਅਤੇ ਮਿੱਤਰਾ ਮੈਂ ਖੰਡ ਬਣ ਗਈ ਸਿਲੇਖ ਹੇਠ ਦੋ ਵੱਖ ਵੱਖ AP ਬਣ ਕੇ ਨਿਕਲਣੇ ਸਨ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਦਾ ਸੰਗੀਤ ਚਰਨਜੀਤ ਅਹੂਜਾ ਮਿੱਤਰਾ ਮੈਂ ਖੰਡ ਬਣ ਗਈ ਦਾ SN ਗੁਲਾਈ ਦੁਆਰਾ ਸੰਗੀਤਬੱਧ ਸੀ ਜਦੋਂ ਇਹ ਗੀਤ ਮਾਰਕੀਟ ਵਿੱਚ ਆਏ ਤਾਂ ਚਮਕੀਲੇ ਦੇ ਪਹਿਲੇ ਗੀਤਾਂ ਨੂੰ ਵੀ ਮਾਤ ਪਾ ਗਏ ਸਨ ਹਰ ਪਾਸੇ ਚਮਕੀਲਾ ਚਮਕੀਲਾ ਹੋਣ ਲੱਗ ਪਈ ਸੀ ਚਮਕੀਲੇ ਨੂੰ ਤੜਾਤੜ ਪ੍ਰੋਗਰਾਮ ਡਿੱਗਣ ਲੱਗ ਪਏ ਸਨ ਇਸ ਵਕਤ ਕਲਾਕਾਰਾਂ ਨੇ ਚਮਕੀਲੇ ਨਾਲ ਖਾਰ ਖਾਣੀ ਸ਼ੁਰੂ ਕਰ ਦਿੱਤੀ ਸੀ ਕੁਝ ਕਲਾਕਾਰ ਉਸਦਾ ਅਮਰਜੋਤ ਨਾਲ ਸੈੱਟ ਤੜਵਾਉਣ ਦੀਆਂ ਵਿਉਹਤਾਂ ਬਣਾਉਣ ਲੱਗ ਪਏ ਸਨ ਇੱਕ ਦਿਨ ਅਮਰਜੋਤ ਦੇ ਪਿਤਾ ਨੇ ਅਮਰਜੋਤ ਨੂੰ ਕਰਤਾਰ ਰਮਲੇ ਨਾਲ ਸੈੱਟ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਬੇਟਾ ਰਮਲਾ ਚਿਰਦਾ ਗਾਉਂਦਾ ਹੈ ਤੇ ਸਥਾਪਿਤ ਨਾਮ ਹੈ ਨਾਲੇ ਮੁੰਡਾ ਹੈ ਵੀ ਆਪਣੇ ਫਰੀਦਕੋਟ ਦਾ ਹੈ ਇਹ ਸੁਣ ਕੇ ਪਹਿਲਾਂ ਤਾਂ ਅਮਰਜੋਤ ਚੁੱਪ ਰਹੀ ਸੀ ਪਰ ਫਿਰ ਉਸਨੇ ਆਪਣੇ ਬਾਪ ਨੂੰ ਟਾਲਣ ਲਈ ਕਹਿ ਦਿੱਤਾ ਸੀ ਕੋਈ ਗੱਲ ਨਹੀਂ ਡੈਡੀ ਜੀ ਮੈਂ ਸੋਚੂਗੀ ਅਸਲ ਗੱਲ ਤਾਂ ਇਹ ਸੀ ਕਿ ਅਮਰਜੋਤ ਚਮਕੀਲੇ ਨੂੰ ਮੋਹ ਕਰਨ ਲੱਗ ਪਈ ਸੀ ਤੇ ਉਸ ਨਾਲੋਂ ਟੁੱਟਣਾ ਨਹੀਂ ਸੀ ਚਾਹੁੰਦੀ ਹੋਰ ਵੀ ਕਈ ਕਲਾਕਾਰਾਂ ਵੱਲੋਂ ਅਮਰਜੋਤ ਨਾਲ ਸੈੱਟ ਬਣਾਉਣ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ ਸਨ ਅਮਰਜੋਤ ਦਾ ਚਮਕੀਲੇ ਵੱਲ ਬੇਲੋੜਾ ਝੁਕਾ ਅਮਰਜੋਤ ਦੇ ਪਰਿਵਾਰ ਤੋਂ ਗੁੱਝਾ ਨਹੀਂ ਸੀ ਲੇਕਿਨ ਅਮਰਜੋਤ ਦੇ ਪਰਿਵਾਰ ਨੂੰ ਅਮਰਜੋਤ ਦੀ ਗਾਇਕੀ ਤੋਂ ਹੋਣ ਵਾਲੀ ਕਮਾਈ ਦਾ ਵੀ ਲਾਲਚ ਸੀ ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਅਮਰਜੋਤ ਕਿਸੇ ਨਾਲ ਜਲਦ ਵਿਆਹ ਕਰਵਾ ਕੇ ਸੈਟਲ ਹੋ ਜਾਵੇ ਚਮਕੀਲੇ ਨਾਲ ਗਾਉਂਦਿਆਂ ਬਹੁਤੇ ਪ੍ਰੋਗਰਾਮ ਅਮਰਜੋਤ ਦੇ ਹੁਸਨ ਅਤੇ ਨਖਰੇ ਕਰਕੇ ਵੀ ਬੁੱਕ ਹੋਇਆ ਕਰਦੇ ਸਨ ਪਰ ਚਰਚਾ ਵਿੱਚ ਸਿਰਫ ਚਮਕੀਲਾ ਚਮਕੀਲਾ ਹੀ ਹੁੰਦੀ ਸੀ ਇਸ ਗੱਲ ਨੂੰ ਲੈ ਕੇ ਅਮਰਜੋਤ ਦਾ ਪਰਿਵਾਰ ਖਫਾ ਸੀ ਚਮਕੀਲੇ ਨਾਲੋਂ ਅਮਰਜੋਤ ਦਾ ਸੈੱਟ ਤੁੜਵਾ ਕੇ ਕਿਸੇ ਹੋਰ ਨਾਲ ਜੋੜੀ ਬਣਾਉਣ ਪਿੱਛੇ ਉਹਨਾਂ ਦਾ ਮਕਸਦ ਅਮਰਜੋਤ ਦਾ ਇੱਕ ਵੱਖਰਾ ਨਾਮ ਪੈਦਾ ਕਰਨਾ ਵੀ ਸੀ ਅਮਰਜੋਤ ਉੱਤੇ ਉਸਦੇ ਪਰਿਵਾਰ ਵੱਲੋਂ ਚਮਕੀਲੇ ਨਾਲੋਂ ਅਲੱਗ ਹੋਣ ਲਈ ਜ਼ੋਰ ਦਿਨ ਦਿਨ ਵੱਧਦਾ ਜਾ ਰਿਹਾ ਸੀ ਉਧਰ ਜਿੰਨਾ ਕੋਈ ਅਮਰਜੋਤ ਨੂੰ ਚਮਕੀਲੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸੀ ਓਨੀ ਉਹ ਚਮਕੀਲੇ ਦੇ ਕਰੀਬ ਹੁੰਦੀ ਜਾਂਦੀ ਸੀ ਚਮਕੀਲੇ ਵੱਲ ਉਹ ਦਿਨੋ ਦਿਨ ਖਿੱਚੀ ਜਾ ਰਹੀ ਸੀ ਇੱਕ ਦਿਨ ਅਮਰਜੋਤ ਤੇ ਉਸਦੇ ਭਰਾ ਪੱਪੂ ਦੀ ਰਮਲੇ ਨਾਲ ਸੈੱਟ ਬਣਾਉਣ ਦੇ ਵਿਸ਼ੇ ਨੂੰ ਲੈ ਕੇ ਬਹੁਤ ਬਹਿਸ ਹੋਈ ਸੀ ਅਮਰਜੋਤ ਨੇ ਇਹ ਗੱਲ ਚਮਕੀਲੇ ਦੇ ਕੰਨ ਵਿੱਚ ਪਾ ਦਿੱਤੀ ਸੀ ਦੇਖੋ ਅਮਰ ਅਗਰ ਤੁਸੀਂ ਮੇਰੇ ਨਾਲ ਪੱਕਾ ਸਦਾ ਲਈ ਸੈੱਟ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਵਿਆਹ ਕਰਵਾ ਲਓ ਨਹੀਂ ਮੇਰੇ ਘਰ ਦੇ ਮੇਰਾ ਕਿਸੇ ਹੋਰ ਨਾਲ ਵਿਆਹ ਕਰ ਦੇਣਗੇ ਜਾਂ ਆਪਣਾ ਸੈੱਟ ਤੁੜਵਾ ਕੇ ਕਿਸੇ ਹੋਰ ਨਾਲ ਸੈੱਟ ਬਣਾ ਦੇਣਗੇ ਪਰ ਮੈਂ ਤਾਂ ਵਿਆਹਿਆ ਹੋਇਆ ਹਾਂ ਇਹ ਗੱਲ ਤੁਸੀਂ ਵੀ ਜਾਣਦੇ ਹੋ ਚਮਕੀਲਾ ਆਪਣੀ ਖੋਜੀ ਜਿਹੀ ਦਾੜੀ ਖੁਰਕਣ ਲੱਗ ਪਿਆ ਸੀ ਮੈਨੂੰ ਕੁਝ ਨਹੀਂ ਪਤਾ ਤੇ ਨਾ ਹੀ ਮੈਂ ਕੁਝ ਜਾਣਨਾ ਚਾਹੁੰਦੀ ਹਾਂ ਮੈਂ ਤਾਂ ਸਿਰਫ ਇਹੀ ਜਾਣਦੀ ਹਾਂ ਕਿ ਅਗਰ ਤੁਸੀਂ ਮੇਰੇ ਨਾਲ ਛੇਤੀ ਵਿਆਹ
ना करवाया ता फिर गाई जाए रोंदी को लांदी नू कोई लै चलिया मुकलावे। अच्छा मामला इत्थे तक पहुंचया होया, ठीक आ मैं सोच के दसदा, होर कोई तेनू जे ब्याह के लै गया चमकीले दा जीवना जग ते ना रह गया, चल मेरे नाल चार लै लईए लावा, जित्ती प्यार दी हरे ना बाजी, नी चित कर दे मुंडे दा राजी। मश्करी करके चमकीले ने खेड़ा छुड़ा लिया सी, अजीब जी दुविधा ते धार्मिक संकट विच पा दिता सी अमरजोत ने चमकीले नू। दिन रात मानसिक परेशानी नाल जूझदा होया ओ इसे द्वंद विच उलझिया रहा सी, ओ इस बारे ना किसे नाल गल कर सकदा सी ते ना ही इस समस्या दा खुद हल कर सकदा सी। चमकीले दा खाना पीना दुब्बर हो गया सी ते नवा कोई गीत लिखना तां संभव ही नहीं सी। चमकीला ना तां परिवार नू छड सकदा सी ना खुल्लम खुल्ला अमरजोत नू अपना सकदा सी। फिर अमरजोत ते उसदे रुतबे विच भी तां फर्क सी, अमरजोत कुआरी सी ते ओ व्याहिया होया सी। उसने जी जान ला के अमरजोत उत्ते मेहनत कीती अते रियाज करवाया सी। हुण जे अमरजोत किसे होर नाल गाउन लग जांदी तां उसदी सारी मेहनत उपर पानी फिर जांदा सी। हुण तक दे जीवन विच चमकीले ने खुद भी संघर्ष ही कीता सी, कामयाबी दे सजरे खुले बूहे उसनू बंद हुंदे नजर आ रहे सन। चमकीला अमरजोत परिवार अते गायकी दी त्रिकोणी चक्की विच बुरी तरह पिस रहा सी। इसे कशमकश अते प्रोग्रामा दी भरमार कारण महीना अख चपकदिया ही गुजर गया सी। फिर ओ दिन आ गया जदों चमकीले ਨੂੰ ਇੱਕ ਪਾਸਾ ਕਰਨਾ ਪੈਣਾ ਸੀ। ਇਸ ਬੀਤੇ ਸਮੇਂ ਦੌਰਾਨ ਚਮਕੀਲਾ ਅਮਰਜੋਤ ਤੇ ਬੁਰੀ ਤਰ੍ਹਾਂ ਫਿਦਾ ਹੋ ਚੁੱਕਿਆ ਸੀ। ਚਮਕੀਲੇ ਨੇ ਆਪਣਾ ਪੱਕਾ ਮਨ ਬਣਾ ਕੇ ਇੱਕ ਦਿਨ ਰਿਆਜ਼ ਕਰਦਿਆਂ ਅਮਰਜੋਤ ਨਾਲ ਆਪੇ ਗੱਲ ਛੇੜੀ ਸੀ। ਬੱਬੀ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹਾਂ, ਪਰ ਤੈਨੂੰ ਪਤਾ ਹੈ ਇਹ ਕੰਮ ਇੰਨਾ ਸੌਖਾ ਨਹੀਂ, ਬਹੁਤ ਔਕੜਾਂ ਆਣਗੀਆਂ ਆਪਾਂ ਨੂੰ, ਤੂੰ ਸੋਚ ਲੈ। ਅਮਰਜੋਤ ਨੇ ਚਮਕੀਲੇ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਸਨ। ਆਪਣਾ ਸੱਜਾ ਹੱਥ ਅੱਗੇ ਕਰੋ ਅਮਰ, ਚਮਕੀਲੇ ਨੇ ਆਪਣੀ ਸੱਜੀ ਤਲੀ ਫੈਲਾ ਕੇ ਅਮਰਜੋਤ ਮੂਹਰੇ ਕਰ ਦਿੱਤੀ ਸੀ। ਅਮਰਜੋਤ ਨੇ ਆਪਣਾ ਸੱਜਾ ਹੱਥ ਉਸ ਉੱਪਰ ਮੁੱਦਾ ਰੱਖ ਦਿੱਤਾ ਸੀ। ਹੁਣ ਤੋਂ ਮੈਂ ਤਾਂ ਕਦੋਂ ਦੀ ਸੋਚੀ ਬੈਠੀ ਹਾਂ, ਹੁਣ ਤੋਂ ਜਿਉਂਗੀ ਵੀ ਤੁਹਾਡੇ ਨਾਲ ਤੇ ਮਰੂੰਗੀ ਵੀ ਤੁਹਾਡੇ ਨਾਲ। ਮੈਂ ਤਾਂ ਚਾਹੁੰਦੀ ਹਾਂ ਤੁਸੀਂ ਮੈਨੂੰ ਇਕੱਲੀ ਨੂੰ ਕਿਤੇ ਦੂਰ ਐਸੀ ਜਗ੍ਹਾ ਲੈ ਜਾਓ ਜਿੱਥੇ ਤੁਹਾਡੇ ਤੇ ਮੇਰੇ ਸਿਵਾਏ ਹੋਰ ਕੋਈ ਨਾ ਹੋਵੇ। ਅਮਰਜੋਤ ਦੀਆਂ ਅੱਖਾਂ ਵਿੱਚ ਠਾਟਾ ਮਾਰਦਾ ਪਿਆਸ ਦਾ ਸਾਗਰ ਤੱਕ ਕੇ ਚਮਕੀਲੇ ਨੂੰ ਹਰਮੋਨੀਅਮ ਦੇ ਦੂਜੇ ਪਾਸੇ ਚੌਂਕੜੀ ਮਾਰੀ ਬੈਠੀ ਅਮਰਜੋਤ ਨੂੰ ਗੋਡਿਆਂ ਪਾਰ ਹੋ ਕੇ ਵਾਜੇ ਦੇ ਉੱਤੋਂ ਦੀ ਜੱਫੀ ਪਾ ਲਈ ਸੀ। ਮੈਂ ਤਾਂ ਸੋਚਿਆ ਸੀ ਕਿਤੇ ਇਰਾਦਾ ਬਦਲ ਗਿਆ ਤੇ ਰੱਖੜੀ ਬੰਨਣ ਲਈ ਬਾਂਹ ਗਾਂਹ ਕਰਵਾਈ ਆ, ਹੁਣ ਜੋ ਕਰਨਾ ਜਲਦੀ ਕਰੋ, ਦੇਖਿਓ ਕਿਤੇ ਬੇੜੀਆਂ ਵਿੱਚ ਵੱਟੇ ਨਾ ਪੈ ਜਾਣ। ਇੱਧਰ ਘਰੋ ਤਾਂ ਕਦੋਂ ਦਾ ਖਤਰੇ ਦਾ ਘੁੱਗੂ ਬੋਲਿਆ ਪਿਆ ਮਿੱਤਰਾ। ਹਾਂ ਤੇਰੇ ਭਰਾ ਪੱਪੂ ਦੀਆਂ ਗੱਲਾਂ ਤੋਂ ਮੈਨੂੰ ਕੁਝ ਦਾਲ ਵਿੱਚ ਕਾਲਾ ਹੀ ਲੱਗਦਾ ਸੀ, ਇਹ ਨਾ ਹੋਵੇ ਕਿਤੇ ਸਾਰੀ ਦਾਲ ਹੀ ਕਾਲੀ ਹੋ ਜਾਵੇ। ਲੈ ਮੈਂ ਤਾਂ ਕਦੇ ਮੀਟ ਨਹੀਂ ਕਾਲਾ ਹੋਣ ਦਿੱਤਾ, ਦਾਲ ਕਾਲੀ ਕਿੱਥੋਂ ਹੋਣ ਦੇ ਦੂੰ, ਤੂੰ ਫਿਕਰ ਨਾ ਕਰ ਯਾਰ, ਹੋਣਗੇ ਮਿਲਣਗੇ ਆਪੇ, ਚਿੱਤ ਨੂੰ ਟਿਕਾਣੇ ਰੱਖੀਏ। ਮੈਂ ਅੱਜ ਦੀ ਬੰਦੋਬਸਤ ਕਰਦਾ, ਆਪ ਕੇ ਚਮਕੀਲਾ ਆਪਣੇ ਦਫ਼ਤਰ ਨੂੰ ਆ ਗਿਆ ਸੀ। ਸੁਨੇਹਾ ਭੇਜ ਕੇ ਚਮਕੀਲੇ ਨੇ ਟਿੱਕੀ ਨੂੰ ਦਫ਼ਤਰ ਬੁਲਾ ਲਿਆ ਸੀ। ਜਦੋਂ ਟਿੱਕੀ ਆਇਆ ਤਾਂ ਦਫ਼ਤਰ ਵਿੱਚ ਕੁਝ ਬੰਦੇ ਬੈਠੇ ਸਨ। ਚਮਕੀਲਾ ਟਿੱਕੀ ਨੂੰ ਇੱਕ ਪਾਸੇ ਲੈ ਗਿਆ ਸੀ। ਮੈਂ ਅਮਰਜੋਤ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੈ, ਤੂੰ ਮੇਰਾ ਵਿਆਹ ਕਰਵਾ ਦੇ, ਕਰਾਂ ਫਿਰ ਉਹਦੇ ਘਰਦਿਆਂ ਨਾਲ ਗੱਲ। ਅਮਰਜੋਤ ਕਹਿੰਦੀ ਆ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਬੇਬੇ ਨਾ ਮੰਨਦੀ ਮੇਰੀ। ਪਤੰਦਰਾ ਮੈਂ ਤੈਨੂੰ ਵਿਆਹ ਕਰਵਾਉਣ ਨੂੰ ਕਹਿ ਰਿਹਾ, ਸਾਡਾ ਰਿਸ਼ਤਾ ਤੁੜਵਾਉਣ ਨੂੰ ਨਹੀਂ। ਅਮਰਜੋਤ ਦੇ ਘਰਦਿਆਂ ਨੂੰ ਮਾੜੀ ਜਿਹੀ ਵੀ ਭਿਣਕ ਲੱਗ ਗਈ ਤਾਂ ਉਹਨਾਂ ਨੇ ਅਮਰਜੋਤ ਨੂੰ ਉਸੇ ਵਕਤ ਫਰੀਦਕੋਟ ਲੈ ਜਾਣਾ। ਪੱਪੂ ਫਰੀਦਕੋਟ ਗਿਆ ਹੋਇਆ, ਦੋ ਤਿੰਨ ਦਿਨ ਨਹੀਂ ਮੁੜਦਾ, ਆਪਾਂ ਨੂੰ ਇਹ ਕੰਮ ਹੁਣੇ ਫੁਰਤੀ ਨਾਲ ਕਰਨਾ ਪੈਣਾ ਉਹਦੀ ਗੈਰ ਹਾਜ਼ਰੀ ਵਿੱਚ। ਚਮਕੀਲੇ ਨੇ ਟਿੱਕੀ ਦੇ ਕੰਨ ਵਲੇਲ ਪਾਈ ਸੀ, ਉਹ ਤਾਂ ਠੀਕ ਆ ਪਰ ਤੇਰੇ ਘਰ ਦੇ ਮੰਨ ਜਾਣਗੇ, ਤੂੰ ਤਾਂ ਵਿਆਹਿਆ ਹੋਇਆ। ਟਿੱਕੀ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ ਸੀ, ਉਹ ਮੇਰੀ ਜ਼ਿੰਮੇਵਾਰੀ, ਮੈਂ ਆਪੇ ਆਪਦੇ ਘਰਦਿਆਂ ਨੂੰ ਨਜਿੱਠ ਲੂੰ, ਤੈਨੂੰ ਕਾਹਦੀ ਚਿੰਤਾ, ਨਾਲੇ ਮੇਰਾ ਵਿਆਹ ਨਹੀਂ ਸੀ ਹੋਇਆ, ਮੇਰੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਤੇ ਉਹਦੀ ਘਰਵਾਲੀ ਮੇਰੇ ਸਿਰ ਤੇ ਸਰੀਕੇ ਨੇ ਰੱਖ ਦਿੱਤੀ ਸੀ, ਮੈਨੂੰ ਮਜਬੂਰੀ ਵਿੱਚ ਚਾਦਰ ਪਾਉਣੀ ਪਈ ਸੀ, ਸਾਡੀ ਆਪਸ ਵਿੱਚ ਨਹੀਂ ਬਣਦੀ, ਤੈਨੂੰ ਤਾਂ ਪਤਾ ਹੈ ਮੈਂ ਕਿੰਨਾ ਕਿੰਨਾ ਚਿਰ ਘਰ ਨਹੀਂ ਜਾਂਦਾ, ਫਿਰ ਉਹ ਵਿਆਹ ਕੱਕਾ ਦਾ। ਅਮਰਜੋਤ ਦੇ ਘਰਦਿਆਂ ਨੂੰ ਵੀ ਲੋੜ ਪਈ ਤਾਂ ਆਪਾਂ ਇਹੀ ਦੱਸਾਂਗੇ, ਤੂੰ ਬਸ ਮੇਰੇ ਅਮਰਜੋਤ ਨਾਲ ਵਿਆਹ ਦਾ ਇੰਤਜ਼ਾਮ ਕਰ ਦੇ। ਚੱਲ ਦੱਸ ਮੈਂ ਕੀ ਕਰ ਸਕਦਾ, ਦੇਖ ਇੱਥੇ ਲੁਧਿਆਣੇ ਵਿੱਚ ਜੇ ਵਿਆਹ ਦਾ ਪੰਗਾ ਲੈ ਲਿਆ ਤਾਂ 119 ਹੋ ਸਕਦੀ ਆ, ਤੂੰ ਪਰਦੇ ਨਾਲ ਆਪਦੇ ਘਰ ਫਗਵਾੜੇ ਸਾਡੇ ਆਨੰਦ ਪੜਾ ਦੇ, ਉੱਥੇ ਕਿਸੇ ਨੂੰ ਭਿਣਕ ਨਹੀਂ ਪੈਣੀ, ਕਿਰਾਇਆ ਮੈਥੋਂ ਲੈ ਜਾ ਤੇ ਜਾ ਕੇ ਸਾਰਾ ਬੰਦੋਬਸਤ ਅੱਜ ਹੀ ਕਰ ਲੈ।
ਆਪਾਂ ਸਵੇਰ ਨੂੰ ਨਿੰਮ ਨੂੰ ਪਤਾਸੇ ਲਾ ਦੇਣੇ ਆ। ਚਮਕੀਲੇ ਨੇ ਪੈਸੇ ਕੱਢ ਕੇ ਟਿੱਕੀ ਨੂੰ ਫੜਾ ਦਿੱਤੇ ਸਨ। ਸ਼ਾਮ ਦਾ ਵੇਲਾ ਸੀ। ਟਿੱਕੀ ਉੱਥੋਂ ਸਿੱਧਾ ਹੀ ਬੱਸ ਅੱਡੇ ਨੂੰ ਗਿਆ ਤੇ ਫਗਵਾੜੇ ਵਾਲੀ ਬੱਸ ਚੜ ਗਿਆ ਸੀ। ਫਗਵਾੜੇ ਬੱਸ ਵਿੱਚੋਂ ਉਤਰ ਕੇ ਟਿੱਕੀ ਨੇ ਰਿਕਸ਼ਾ ਲਿਆ ਤੇ ਸਬਜ਼ੀ ਮੰਡੀ ਮੂਹਰੇ ਸਪੀਕਰਾਂ ਵਾਲੇ ਅਵਤਾਰ ਫੌਜੀ ਨੂੰ ਸਾਰੀ ਕਹਾਣੀ ਦੱਸੀ ਤੇ ਸਹਿਯੋਗ ਦੀ ਮੰਗ ਕੀਤੀ ਸੀ। ਟਿੱਕੀ ਆਪਣੇ ਪਰਿਵਾਰ ਵਾਲਿਆਂ ਨਾਲ ਇਸ ਮਾਮਲੇ ਬਾਰੇ ਗੱਲ ਕਰਨ ਤੋਂ ਝਿਜਕਦਾ ਸੀ। ਅਵਤਾਰ ਫੌਜੀ ਨੇ ਟਿੱਕੀ ਨੂੰ ਪਹਿਲਾਂ ਅਧੀਆ ਪਲਾ ਕੇ ਕਾਇਮ ਕੀਤਾ ਸੀ, ਫਿਰ ਰਾਤ 9 ਵਜੇ ਦੇ ਕਰੀਬ ਮੋਟਰਸਾਈਕਲ ਤੇ ਬਿਠਾ ਕੇ ਉਸਦੇ ਘਰ ਸੁਖਚੈਨ ਨਗਰ ਦੋਨੋਂ ਜਾਣੇ ਚਲੇ ਗਏ ਸਨ। ਟਿੱਕੀ ਦੇ ਮਾਤਾ ਪਿਤਾ ਨਾਲ ਫੌਜੀ ਨੇ ਇਹੀ ਗੱਲ ਕੀਤੀ ਸੀ। ਪਹਿਲਾਂ ਤਾਂ ਸੁਣ ਕੇ ਉਹ ਡਰ ਹੀ ਗਏ ਸਨ, ਦੇਖਿਓ ਕੋਈ ਜੱਬ ਨਾ ਖੜਾ ਕਰ ਦਿਓ, ਕੁਛ ਨਹੀਂ ਹੁੰਦਾ, ਬਸ ਸਾਰੀ 10-15 ਮਿੰਟ ਦੀ ਗੱਲ ਆ, ਲਾਵਾਂ ਕਰਵਾ ਕੇ ਕੰਮ ਨਿਬੇੜ ਦਿਆਂਗੇ। ਫੌਜੀ ਦੇ ਸਮਝਾਉਣ ਤੇ ਟਿੱਕੀ ਦੇ ਪਰਿਵਾਰ ਨੇ ਰਜਾਮੰਦੀ ਦੇ ਦਿੱਤੀ ਸੀ। ਅਵਤਾਰ ਫੌਜੀ ਆਪਣੇ ਮੋਟਰਸਾਈਕਲ ਤੇ ਟਿੱਕੀ ਨੂੰ ਸਟੇਸ਼ਨ ਛੱਡਣ ਤੁਰ ਪਿਆ ਸੀ। ਰਸਤੇ ਵਿੱਚ ਟਿੱਕੀ ਨੇ ਆਪਣੀ ਭੂਆ ਦੇ ਮੁੰਡੇ ਜਗਿੰਦਰ ਸਿੰਘ ਬਿਜਲੀ ਫੋਟੋਗ੍ਰਾਫਰ ਨੂੰ ਅਗਲੇ ਦਿਨ 9 ਵਜੇ ਦਾ ਫੋਟੋਆਂ ਖਿੱਚਣ ਲਈ ਟਾਈਮ ਦੇ ਦਿੱਤਾ ਸੀ। ਫੌਜੀ ਆਪਣੇ ਮੋਟਰਸਾਈਕਲ ਤੇ ਟਿੱਕੀ ਨੂੰ ਸਟੇਸ਼ਨ ਉੱਪਰ ਰਾਤ ਨੂੰ ਛੱਡ ਆਇਆ ਸੀ। ਰਾਤ ਦੇ 12 ਵਜੇ ਰੇਲ ਫੜ ਕੇ ਟਿੱਕੀ ਲੁਧਿਆਣੇ ਆ ਗਿਆ ਸੀ। ਉਸਨੇ ਚਮਕੀਲੇ ਨੂੰ ਸਾਰੀ ਗੱਲ ਦੱਸੀ ਸੀ। ਚਮਕੀਲੇ ਨੂੰ ਟੇਕ ਨਹੀਂ ਸੀ ਆਉਂਦੀ, ਉਹ ਮੰਜੇ ਤੇ ਬੈਠਾ ਅਗਲੇ ਦਿਨ ਵੀ ਮਨਸੂਬਾਬੰਦੀ ਕਰੀ ਜਾਵੇ। ਅੱਛਾ ਟਿੱਕੀ, ਫਿਰ ਆਪਾਂ ਅਮਰਜੋਤ ਨੂੰ ਲਿਜਾਣ ਲਈ ਕੱਲ ਨੂੰ ਗੱਡੀ ਕਿਹਦੀ ਕਰਾਂਗੇ? ਉਹਦੇ ਲਈ ਵਿਆਹ ਵਾਲੇ ਸੂਟ ਵੀ ਲੈਣੇ ਪੈਣੇ ਆ, ਸੇਰਾ ਸੂਰਾ ਵੀ ਲੈਣਾ ਪੈਣਾ, ਉਹ ਲੋਕਲ ਬੱਸ ਅੱਡਿਓ ਪ੍ਰੇਮੀ ਦੀ ਟੈਕਸੀ ਕਰ ਲਵਾਂਗੇ, ਆਪਣਾ ਮਿੱਤਰ ਆ ਉਹ, ਬਾਕੀ ਸਮਾਨ ਫਗਵਾੜੇ ਜਾ ਕੇ ਲੈ ਲਵਾਂਗੇ। ਹੁਣ ਤੂੰ ਸੋ ਜਾ, ਨਾਲੇ ਮੈਨੂੰ ਸੌਣ ਦੇ। ਟਿੱਕੀ ਦਾਰੂ ਦੇ ਨਸ਼ੇ ਕਾਰਨ ਸੁਸਤਿਆ ਪਿਆ ਸੀ। ਚਮਕੀਲੇ ਨੂੰ ਮਜ਼ਾ ਸਵੇਰ ਹੋਈ ਸੀ। ਅਮਰਜੋਤ ਨੂੰ ਸੁਨੇਹਾ ਭੇਜ ਕੇ ਸਾਰੀ ਜੁਗਤ ਚਮਕੀਲੇ ਨੇ ਪਹਿਲਾਂ ਹੀ ਸਮਝਾਈ ਹੋਈ ਸੀ। 24 ਮਈ 1983 ਨੂੰ ਕਾਰ ਲੈ ਕੇ ਉਹ ਅਮਰਜੋਤ ਨੂੰ ਚੁੱਕਣ ਗਏ ਤਾਂ ਮਕਾਨ ਮਾਲਕ ਦਰਵਾਜ਼ੇ ਵਿੱਚ ਖੜਾ ਸੀ। ਉਸਨੇ ਅਮਰਜੋਤ ਨੂੰ ਸੁਭਾਵਕ ਹੀ ਪੁੱਛ ਲਿਆ ਸੀ, ਕੋਈ ਖਾਸ ਪ੍ਰੋਗਰਾਮ ਲੱਗਦਾ ਹੈ ਅੱਜ? ਹਾਂਜੀ ਖਾਸ ਹੀ ਆ, ਅਮਰਜੋਤ ਨੇ ਉੱਥੋਂ ਖਿਸਕਣ ਦੀ ਕੀਤੀ ਸੀ। ਮਕਾਨ ਮਾਲਕ ਨੇ ਇਹੀ ਸਮਝਿਆ ਕਿ ਅਮਰਜੋਤ ਕੋਈ ਅਖਾੜਾ ਲਾਉਣ ਗਈ ਸੀ। ਬਾਂਸਾਂ ਵਾਲੇ ਬਾਜ਼ਾਰ ਵਿੱਚ ਪਹੁੰਚ ਕੇ ਅਮਰਜੋਤ ਲਈ ਚਮਕੀਲੇ ਨੇ 2 ਰੈਡੀਮੇਡ ਸੂਟ, ਸੰਦੂਰ ਤੇ ਹੋਰ ਸਮੱਗਰੀ ਖਰੀਦੀ ਸੀ। ਬਾਕੀ ਲੋੜੀਂਦੇ ਬੰਦੋਬਸਤ ਟਿੱਕੀ ਦੇ ਘਰਦਿਆਂ ਨੇ ਕਰ ਰੱਖੇ ਸੀ। ਨਜ਼ਦੀਕ ਦੇ ਗੁਰਦੁਆਰੇ ਤੋਂ ਮਹਾਰਾਜ ਦੀ ਬੀੜ ਤੇ ਸੁੱਖਾ ਸਿੰਘ ਗ੍ਰੰਥੀ ਨੂੰ ਫੌਜੀ ਅਤੇ ਟਿੱਕੀ ਦਾ ਪਿਤਾ ਲੈ ਆਏ ਸਨ। ਰਸਤੇ ਵਿੱਚ ਆਉਂਦੇ ਹੀ ਫੌਜੀ ਨੇ ਗ੍ਰੰਥੀ ਨੂੰ ਸਮਝਾ ਦਿੱਤਾ ਸੀ ਕਿ 15-20 ਮਿੰਟ ਤੋਂ ਵੱਧ ਸਮਾਂ ਨਾ ਲਗਾਵੇ। ਗ੍ਰੰਥੀ ਨੇ ਘਰ ਆਉਂਦਿਆਂ ਨੇ ਹੀ ਆਪਣੀ ਕਾਰਵਾਈ ਆਰੰਭ ਦਿੱਤੀ ਸੀ। 15-20 ਮਿੰਟਾਂ ਵਿੱਚ ਸਾਰੀ ਰਸਮ ਸਮਾਪਤ ਹੋ ਗਈ ਸੀ। ਅਮਰਜੋਤ ਦੇ ਪਿਤਾ ਵਾਲੇ ਫਰਜ਼ ਟਿੱਕੀ ਦੇ ਬਾਪ ਰਤਨ ਸਿੰਘ ਨੇ ਨਿਭਾ ਦਿੱਤੇ ਸਨ। ਆਨੰਦ ਕਾਰਜ ਤੋਂ ਬਾਅਦ ਫੌਜੀ ਨੇ ਕਿਹਾ ਸੀ ਕਿ ਹੁਣ ਵਿਆਹ ਵਾਲੀ ਜੋੜੀ ਤੋਂ ਇੱਕ ਇੱਕ ਧਾਰਮਿਕ ਗੀਤ ਸੁਣਿਆ ਜਾਵੇ। ਜੋਗਿੰਦਰ ਸਿੰਘ ਬਿਜਲੀ ਨੇ ਫੋਟੋਗ੍ਰਾਫੀ ਕੀਤੀ ਸੀ ਤੇ ਉਸਨੇ ਉਵੇਂ ਗੱਲ ਵਿੱਚ ਕੈਮਰਾ ਪਾ ਕੇ ਢੋਲਕੀ ਵਜਾਈ ਤੇ ਅਮਰਜੋਤ ਨੇ ਗੀਤ ਗਾਇਆ ਸੀ। ਅਮਰਜੋਤ ਦੀ ਮੰਗ ਵਿੱਚ ਚਮਕੀਲੇ ਨੇ ਵਾਲਾਂ ਨੂੰ ਲਾਉਣ ਵਾਲੀ ਸੂਈ ਨਾਲ ਸੰਦੂਰ ਪਾਇਆ ਸੀ ਤੇ ਕਾਲੀ ਵਿੱਚ ਆਨੰਦ ਕਾਰਜ ਵੀ ਪੱਗ ਬੰਨਣ ਦੀ ਬਜਾਏ ਸਿਰ ਤੇ ਰੁਮਾਲ ਲੈ ਕੇ ਕਰਵਾਏ ਸਨ। 2 ਦਿਨ ਤੱਕ ਅਮਰਜੋਤ ਤੇ ਚਮਕੀਲਾ ਉੱਥੇ ਹੀ ਰਹੇ ਸਨ। ਦੋਸਤੋ, ਇੱਥੇ ਖਤਮ ਕਰਦੇ ਹਾਂ ਦੂਜਾ ਭਾਗ ਲਵ ਮੈਰਿਜ ਦਾ। ਪਰ ਇਹ ਜਾਣਨਾ ਵੀ ਜ਼ਰੂਰੀ ਹੋਵੇਗਾ ਕਿ ਅਮਰਜੋਤ ਦੇ ਘਰ ਵਾਲਿਆਂ ਦਾ ਕੀ ਰਿਐਕਸ਼ਨ ਸੀ ਵਿਆਹ ਤੋਂ ਬਾਅਦ, ਤੇ ਚਮਕੀਲੇ ਦੀ ਪਹਿਲੀ ਘਰਵਾਲੀ ਦਾ ਕੀ ਰਿਐਕਸ਼ਨ ਸੀ ਅਮਰਜੋਤ ਤੇ ਚਮਕੀਲੇ ਦੇ ਵਿਆਹ ਤੋਂ ਬਾਅਦ, ਇਹ ਅਸੀਂ ਅਗਲੀ ਵੀਡੀਓ 'ਚ ਦੱਸਾਂਗੇ। ਇਹ ਕਿੱਸਾ ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ ਭਾਗ 15 ਤੋਂ ਪੜ੍ਹ ਕੇ ਸੁਣਾਇਆ ਹੈ। ਦੋਸਤੋ, ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ। ਅਗਲੀ ਵੀਡੀਓ ਲਈ ਜਲਦ ਹਾਜ਼ਰ ਹੋਵਾਂਗੇ, ਹੁਣ ਲਈ ਦਿਓ ਇਜਾਜ਼ਤ। ਸਾਡਾ ਪੰਜਾਬੀ ਵਿਰਸਾ ਪ੍ਰੀਤ ਡੁਗਰੀ ਦੇ ਨਾਲ।